ਕਿ ਜੇਕਰ ਗੁਰੂ ਘਰ ਵਿੱਚ ਨਮਾਜ਼ ਅਦਾ ਹੋ ਸਕਦੀ ਆ ਤਾਂ ਹਿੰਦੂ ਸਮਾਜ ਉਤੇ ਹਨੂਮਾ ਚਾਲੀਚੇ ਦਾ ਪਾਠ ਕਿਉਂ ਨਹੀਂ ਕਰ ਸਕਦਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪੜਨ ਦਿੱਤਾ ਜਾਵੇ ਹਨੂਮਨ ਚਾਲੀਸਾ ਇਹ ਮੰਗ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਐਸਜੀਪੀਸੀ ਨੂੰ ਇੱਕ ਚਿੱਠੀ ਵੀ ਲਿਖੀ ਹੈ ਤੇ ਇਜਾਜ਼ਤ ਮੰਗੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਨੂਮਨ ਚਾਲੀਸਾ ਪੜਨ ਦਿੱਤਾ ਜਾਵੇ ਦਰਸਲੇ ਕੁਝਨ ਪਹਿਲਾ ਮੁਸਲਿਮ ਪਈਚਾਰੀ ਦੇ ਕੁਝ ਲੋਕਾਂ ਦੀ ਵੀਡੀਓ ਵਾਇਰਲ ਹੋਈ ਸੀ ਜੋ ਕਿ ਗੁਰੂ ਘਰ ਦੇ ਵਿੱਚ ਨਮਾਜ਼ ਅਦਾ ਕਰਦੇ ਸਨ ਤੇ ਉੱਥੇ ਉਹਨਾਂ ਦਾ ਰੋਜ਼ਾ ਵੀ ਖੁਲਵਾਇਆ ਗਿਆ ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਹਰ ਕਿਸੇ ਵੱਲੋਂ ਪ੍ਰਸ਼ੰਸਾ ਕੀਤੀ ਗਈ ਸੀ ਕਿ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਹੈ ਪਰ ਹੁਣ ਇੱਥੇ ਸ਼ਿਵ ਸੈਨਾ ਅਗਵੰਦ ਵੱਲੋਂ ਉਸੇ ਵੀਡੀਓ ਦੀ ਤਰਜ਼ ਤੇ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਹਨੂਮਨ ਚਾਲੀਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਕਿਹਾ ਕਿ ਜੇਕਰ ਇਜਾਜ਼ਤ ਨਾ ਦਿੱਤੀ ਗਈ ਤਾਂ ਫਿਰ ਸ਼ਿਵ ਸੈਨਾ ਆਗਵਾ ਦੇ ਵੱਲੋਂ ਪੋਸਟਰ ਲਗਾਏ ਜਾਣਗੇ ਪੋਸਟਰਾਂ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਦੀ ਫੋਟੋ ਲਗਾ ਕੇ ਉਹਨਾਂ ਤੋਂ ਸਵਾਲ ਪੁੱਛੇ ਜਾਣਗੇ ਕਿ ਆਖਿਰ ਕਿਉਂ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਹਿੰਦੂ ਧਰਮ ਦੇ ਲੋਕ ਹਨੂਮਨ ਚਾਲੀਸਾ ਨਹੀਂ ਪੜ ਸਕਦੇ ਸਥਿਤੀ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਤੇ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਦੀ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਨੂਮਨ ਚਾਲੀਸਾ ਪੜਨ ਦੀ ਇਜਾਜ਼ਤ ਦਿੱਤੀ ਜਾਏ ਅਜੇ ਤੱਕ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ ਹੈ ਨਾ ਹੀ ਕੋਈ ਇਜਾਜ਼ਤ ਦੀ ਗੱਲ ਹੋਈ ਹੈ ਪਰ ਇੱਥੇ ਇਹ ਜ਼ਰੂਰ ਕਿਹਾ ਜਾ ਰਿਹਾ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਕਿ ਜੇਕਰ ਇਜਾਜ਼ਤ ਨਾ ਦਿੱਤੀ ਗਈ ਤਾਂ ਉਹਨਾਂ ਦੇ ਵੱਲੋਂ ਵੱਡੇ ਪਰਦਰਤੇ ਪਰਦਰਸ਼ਨ ਕੀਤਾ ਜਾਏਗਾ ਹਰਜਿੰਦਰ ਸਿੰਘ ਧਾਮੀ ਦੀ ਫੋਟੋ ਲਗਾ ਕੇ ਪੋਸਟਰ ਲਗਾ ਕੇ ਸਵਾਲ ਪੁੱਛੇ ਜਾਣਗੇ ਉਹਨਾਂ ਤੋਂ ਕਿ ਆਖਿਰ ਅਜਿਹਾ ਕਿਉਂ ਨਹੀਂ ਹੋ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੁ슬림 ਭਾਈਚਾਰੇ ਦੇ ਲੋਕ ਗੁਰੂ ਘਰ ਦੇ ਵਿੱਚ ਨਮਾਜ਼ ਅਦਾ ਕਰ ਸਕਦੇ ਨੇ ਰੋਜ਼ਾ ਖੋਲ ਸਕਦੇ ਨੇ ਤਾਂ ਫਿਰ Hindu ਧਰਮ ਦੇ ਲੋਕ ਸਨਾਤਨ ਧਰਨ ਦੇ ਲੋਕ ਇੱਥੇ ਬੈਠ ਕੇ ਹਨੂਮਨ ਚਾਲੀਸਾ ਕਿਉਂ ਨਹੀਂ ਪੜ ਸਕਦੇ ਸ਼ਿਰਸਾ ਪੰਜਾਬ ਨੇ ਸ਼ੁਰਬਰੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਥਾਮੀ ਜੀ ਨੂੰ ਇੱਕ ਲੈਟਰ ਭੇਜਿਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਪਵਿੱਤਰ ਸਥਾਨ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਹਨੂਮਾਨ ਚਲਿਸਾ ਕਰਾਉਣ ਦੀ ਸਾਨੂੰ ਅਨੁਮਤੀ ਦਿੱਤੀ ਜਾਵੇ ਬਿਲਕੁਲ ਸੋਸ਼ਲ ਮੀਡੀਆ ਤੇ ਸਾਨੂੰ ਟੋਂਚਾ ਵੱਜ ਰਹੀਆਂ ਨੇ ਲੋਕ ਵੀਡੀਓ ਵਾਇਰਲ ਕਰ ਰਹੇ ਨੇ ਕਿ ਜਿਹੜੀ ਗੁਰੂ ਘਰਾਂ ਵਿੱਚ ਨਮਾਜ਼ ਅਦਾ ਕੀਤੀ ਜਾ ਰਹੀ ਹੈ ਸਿਰਫ ਹਿੰਦੂਆਂ ਨੂੰ ਚੀਲਣ ਵਾਸਤੇ ਕੀਤੀ ਜਾ ਰਹੀ ਹੈ ਲੋਕ ਸਵਾਲ ਕਰ ਰਹੇ ਨੇ ਲੋਕ ਫੋਨ ਕਰ ਰਹੇ ਨੇ ਵੀ ਪਹਿਲਾ ਹੱਕ ਤਾਂ ਸਤੰਤਰੰਦੇ ਲੋਕਾਂ ਦਾ ਬਣਦਾ ਇਹ ਗੁਰੂ ਘਰ ਚ ਅਗਰ ਕੁਝ ਹੋਣਾ ਚਾਹੀਦਾ ਸੀ ਉੱਥੇ ਮਾਂ ਦੀ ਭਜਨ ਸੰਧਿਆ ਹੋਣੀ ਚਾਹੀਦੀ ਸੀ ਅਗਰ ਹੋਣਾ ਚਾਹੀਦਾ ਸੀ ਸ਼੍ਰੀ ਹਨੂਮਾਨ ਚਲਿਸ ਦਾ ਪਾਠ ਹੋਣਾ ਚਾਹੀਦਾ ਸੀ ਅਗਰ ਹੋਣਾ ਚਾਹੀਦਾ ਸੀ ਤਾਂ ਚੰਡੀ ਦੀ ਬਾਣੀ ਦਾ ਪਾਠ ਹੋਣਾ ਚਾਹੀਦਾ ਸੀ ਬਿਲਕੁਲ ਉਤਰਾਜ ਹੈ ਸਾਨੂੰ ਲੋਕਾਂ ਨੂੰ ਉਤਰਾਜ ਹੈ ਕਿ ਜਿਹੜੀ ਪਹਿਲੀ ਸਾਂਝ ਦੀ ਗੱਲ ਜਿਹੜੀ ਸਾੜਨਾ ਹੋਣੀ ਚਾਹੀਦੀ ਸੀ ਉਹ ਕਿਸੇ ਦੂਜੇ ਸਮਾਜ ਨਾਲ ਕੀਤੀ ਜਾ ਰਹੀ ਹੈ ਰਿਸ਼ਤੇ ਤਾਂ ਸਾਡੇ ਸਾਂਝੇ ਨੇ ਹਿੰਦੂਆ ਦੀ ਕੁੜੀਆਂ ਸਿੱਖਾਂ ਦੀ ਵੇਝ ਜਾਂਦੀਆਂ ਸਿੱਖਾਂ ਦੀ ਕੁੜੀਆਂ ਹਿੰਦੂਆਂ ਦੀ ਵੇਝ ਜਾਂਦੀਆਂ ਨੇ ਹਾਂ ਸਾਂਝ ਕਿਤੇ ਹੋਰ ਪਾਈ ਜਾਂਦੀ ਨਹੀਂ ਹਿੰਦੂ ਜਦੋਂ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਦੋਂ ਜਿਹੜੇ ਪੰਜ ਪਿਆਰੇ ਸਾਝੇਗੇ ਸਾਰੇ ਹਿੰਦੂ ਸਮਾਜ ਤੋਂ ਸੀਗੇ ਮੁਗਲਾਂ ਨਾਲ ਲੜਾਈਆਂ ਕਿਹਨੇ ਲੜੀਆਂ ਹਿੰਦੂ ਸਮਾਜ ਦੇ ਲੋਕਾਂ ਨੇ ਸਾਂਝ ਕਿੱਧਰ ਪਾਈ ਜਾ ਰਹੀ ਹੈ ਸਵਾਲ ਹੈ ਲੋਕ ਕਹਿੰਦੇ ਨੇ ਸਾਂਝੀ ਗੱਲ ਕਰ ਦੋ ਲੋਕ ਸੋਸ਼ਲ ਮੀਡੀਆ ਤੇ ਗੱਲ ਕਰਦੇ ਨੇ ਲੋਕ ਫੋਨ ਕਰ ਕਰਕੇ ਸਾਨੂੰ ਸੁਣਾਉਂਦੇ ਨੇ ਵੀ ਆ ਕੀ ਹੋ ਰਿਹਾ ਇਹ ਕਿਹੜਾ ਖੇਲ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਖੇਲ ਰਹੀ ਹੈ ਕਿਹੜਾ ਖੇਲ ਖੇਲੇ ਜਾ ਰਿਹਾ ਕਿਹੜਾ ਕੱਟਰਵਾੜ ਦਾ ਜ਼ਹਿਰ ਪੰਜਾਬ ਚ ਦੁਬਾਰਾ ਖੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਅੱਜ ਸ੍ਰੀ ਜਥੇਦਾਰ ਹਰਜੀਤ ਸਿੰਘ ਜਥੇਦਾਰ ਧਾਮੀ ਸਾਹਿਬ ਦੀ ਵੱਡੀ ਫੋਟੋ ਲਾ ਕੇ ਅੱਜ ਅਸੀਂ ਪ੍ਰਚਾਰ ਸਮਗਰੀ ਜਾਰੀ ਕੀਤੀ ਹੈ ਜਿਹਨੂੰ ਅਸੀਂ ਪੂਰੇ ਪੰਜਾਬ ਭਰ ਚ ਲਗਾਵਾਂਗੇ ਇੱਕ ਸਵਾਲ ਕਰਾਂਗੇ ਅਗਰ ਗੁਰੂ ਘਰ ਚ ਨਮਾਜ਼ ਅਦਾ ਹੋ ਸਕਦੀ ਆ ਤਾਂ ਸ੍ਰੀ ਹਨੂਮਾਨ ਚਲੀ ਸਾ ਕਿਉਂ ਨਹੀਂ ਇਸ ਮੰਗ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਗਲੀ ਗਲੀ ਮਹੱਲੇ ਚ ਜਾਵਾਂਗੇ ਤੇ ਸਵਾਲ ਕਰਾਂਗੇ ਅੱਜ ਤਾਈਂ ਸਵਾਲ ਰਜੀਵ ਟੰਡਨ ਕਰ ਰਿਹਾ ਹੈ ਆਉਣ ਵਾਲਾ ਟਾਈਮ ਆਏਗਾ ਜਿੱਥੇ ਪਵਨ ਮਾਨ ਵੀ ਕਰੇਗਾ ਉੱਥੇ ਸੰਦੀਪ ਧాపਰਗੇੜਾ ਵਾਲੀਆ ਸਾਹਿਬ ਕਰਨਗੇ ਗੁਰੂ ਸਾਹਿਬ ਦੇ ਗਲੀ ਗਲੀ ਦੇ ਲੋਕ ਕਰਨਗੇ ਲੋਕ ਸਵਾਲ ਕਰਨਗੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਵੀ ਇਸ ਗੱਲ ਨੂੰ ਹਾਂ ਦਾ ਨਾਰਾ ਮਾਰੋ ਵੇਗਰ ਗੁਰੂ ਘਰ ਚਿੰਨ੍ਹ ਮਾਝ ਹੁਜਾ ਹੋ ਸਕਦੀ ਹੈ ਤਾਂ ਤੇ ਸ਼੍ਰੀ ਹਨੂਮਾਨ ਚਲੀਸਾ ਦਾ ਪਾਠ ਕਿਉਂ ਅੱਜ ਅਸੀਂ ਇਸ ਲਈ ਸਾਰੇ ਇਕੱਠੇ ਹੋਏ ਹਾਂ ਕਿ ਜੋ ਪਿਛਲੇ ਦਿਨ ਗੁਰੂ ਘਰ ਦੇ ਵਿੱਚ ਜੋ ਨਮਾਜ਼ ਪੜੀ ਗਈ ਹੈ ਉਹਦੇ ਵਿੱਚ ਸ਼ਿਵ ਸੈਨਾ ਪੰਜਾਬ ਨੇ ਪੰਜਾਬ Hindu ਸਮਾਜ ਨੇ ਇੱਕ ਮੰਗ ਰੱਖੀ ਹੈ ਕਿ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਨਮਾਜ਼ ਪੜੀ ਗਈ ਹੈ ਹਨੂਮਾਨ ਚਲੀਸੇ ਦਾ ਪਾਠ ਕਿਉਂ ਨਹੀਂ ਹਨੂਮਾਨ ਚਲੀਸੇ ਦਾ ਪਾਠ ਵੀ ਕਰਨ ਦੀ ਉਹਨੂੰ ਮਿੱਤੀ ਦਿੱਤੀ ਜਾਵੇ ਸ਼ਿਵ ਸੈਨਾ ਪੰਜਾਬ ਦੇ ਸਾਡੇ ਰਾਸ਼ਟਰੀ ਚੇਅਰਮੈਨ ਸ਼੍ਰੀ ਰਜੀਵ ਟੰਡਨ ਜੀ ਨੇ ਧਾਮੀ ਸਾਹਿਬ ਜੀ ਨੂੰ ਜਥੇਦਾਰ ਧਾਮੀ ਸਾਹਿਬ ਜੀ ਨੂੰ ਇੱਕ ਲੈਟਰ ਲਿਖੀ ਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਕਿ ਸਾਨੂੰ ਵੀ ਦਰਬਾਰ ਸਾਹਿਬ ਦੇ ਵਿੱਚ ਹਨੂਮਾਨ ਚਲਿੱਸੇ ਦਾ ਪਾਠ ਕਰਨ ਦੀអនុਮਤੀ ਦਿੱਤੀ ਜਾਵੇ ਤੇ ਕੀ ਜੇ ਮਾਲੋ ਨਹੀਂ ਮੰਨਦੇ ਉਹ ਤੁਹਾਡੀ ਜਿਹੜੀ ਲੈਟਰ ਭਜੀ ਆ ਤੇ ਕੀ ਅਗਲਾ ਫਿਰ ਕਦੋਂ ਕੀ ਹੋਵੇ ਬਿਲਕੁਲ ਇਹ ਸਵਾਲ ਅੱਜ ਸਾਡਾ ਫਿਰ ਇਹ ਪੂਰੇ ਹਿੰਦੂ ਸਮਾਜ ਦਾ ਇਹ ਸਵਾਲ ਹੋਊਗਾ ਅਸੀਂ ਉਹਨਾਂ ਤੋਂ ਆਪਣੀ ਮੰਗ ਅੱਜ ਇੱਕ ਇੱਕ ਫਲੈਕਸ ਲਾ ਕੇ ਉਹਨਾਂ ਦੀ ਧਾਮੀ ਸਾਹਿਬ ਦੀ ਇੱਕ ਫੋਟੋ ਲਾ ਕੇ ਅਸੀਂ ਇਹ ਮੰਗ ਕੀਤੀ ਆ ਇਹ ਸਮਗਰੀ ਪੂਰੇ ਪੰਜਾਬ ਦੇ ਵਿੱਚ ਲਾ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਲਾ ਕੇ ਅਸੀਂ ਇਹ ਮੰਗ ਨੂੰ ਹੋਰ ਜਾਰੀ ਕਰਾਂਗੇ ਜਿਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸਮਾਜ ਦੇ ਲੋਕ ਆ ਇਹ ਮੰਗ ਨੂੰ ਆਪਣੀ ਜਾਰੀ ਕਰਨਗੇ ਤੇ ਧਾਮੀ ਸਾਹਿਬ ਦੇ ਉੱਤੇ ਇੱਕ ਉਹਨਾਂ ਤੋਂ ਮੰਗ ਰੱਖਣਗੇ ਕਿ ਅਗਰ ਮੁਗਲਾ ਉਹਨਾਂ ਮੁਸਲਮਾਨਾਂ ਕੋਲੋਂ ਉੱਥੇ ਨਮਾਜ਼ ਪੜ੍ਹਾਈ ਜਾ ਸਕਦੀ ਆ ਤੇ ਹਿੰਦੂ ਸਮਾਜ ਦੇ ਕੋਲੋਂ ਹਨੂਮਨ ਚਲਿਸੇ ਦਾ ਪਾਠ ਕਿਉਂ ਨਹੀਂ ਪਿਛਲੇ ਦਿਨਾਂ ਤੋਂ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਰਜੀਵ ਢੰਡਣ ਜੀ ਵੱਲੋਂ ਇੱਕ ਬੜਾ ਵਧੀਆ ਸਵਾਲ ਚੱਕਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਧਾਮੀ ਜੀ ਨੂੰ ਕਿ ਜੇਕਰ ਗੁਰੂ ਘਰ ਵਿੱਚ ਨਮਾਜ਼ ਅਦਾ ਹੋ ਸਕਦੀ ਆ ਤਾਂ Hindu ਸਮਾਜ ਉੱਤੇ ਹਨੂਮਾਨ ਚਾਲੀਸ਼ੇ ਦਾ ਪਾਠ ਕਿਉਂ ਨਹੀਂ ਕਰ ਸਕਦਾ ਜੋ ਹੱਕ ਸਭ ਤੋਂ ਪਹਿਲਾ ਹੱਕ ਜੋ ਸਾਡਾ ਸਨਾਤਨੀ ਭਰਾਵਾਂ ਦਾ ਬੰਦਾ ਜਿੱਥੇ ਚਾਹਨੇ ਅਸੀਂ ਜਿੱਥੇ ਗੁਰੂ ਘਰ 'ਚ ਤਿਲਕ ਧਾਰੀ ਬੈਠੇ ਹੋਣ ਉਸਦੇ ਨਾਲ ਪਗੜੀ ਧਾਰੀ ਬੈਠੇ ਹੋਣ ਜਿਹੜਾ ਹੱਕ ਹਿੰਦੂ ਸਮਾਜ ਦਾ ਅੱਜੋ ਹੱਕ ਹਿੰਦੂ ਸਮਾਜ ਤੋਂ ਖੋਇਆ ਜਾ ਰਿਹਾ ਇਸ ਲਈ ਸਾਡਾ ਸਵਾਲ ਜਥੇਦਾਰ ਸਾਹਿਬ ਨੂੰ ਆ ਕਿਹਾ ਹੁਣ ਪ੍ਰਬੰਧਕ ਕਮੇਟੀਆਂ ਸਿਰਫ ਇਹਨਾਂ ਦੀ ਨਿਗਾ ਵੋਟ ਬੈਂਕਿੰਗ ਦੀ ਆ ਜਾਂ ਗੁਰੂ ਘਰ ਦੀਆਂ ਗੁਲਕਾਂ ਦੇ ਆ ਇਹ ਸਵਾਲ ਅੱਜ ਮੈਂ ਚੱਕ ਰਿਹਾ ਮੇਰੇ ਪ੍ਰਧਾਨ ਜੀ ਚੱਕ ਰਿਹਾ ਆਉਣ ਵਾਲਾ ਸਮਾਂ ਦੇਖਿਓ ਇਹ ਸਵਾਲ ਹਰ ਹਰ ਗਲੀ ਚ ਚੱਕਿਆ ਜਾਊਗਾ ਜੇਕਰ ਗੁਰੂ ਘਰਾਂ ਚ ਨਮਾਜ਼ ਅਦਾ ਹੋ ਸਕਦੀ ਆ ਤੇ ਹਨੂਮਾਨ ਚਾਲੀਸੇ ਦਾ ਪਾਠ